ਤਕਰੀਬਨ ਕਰਨ ਕੱਲ ਦੀ ਟਿਕਟ ਵਾਲਾ ਵਾਪਸੀ ਵੇਂਦਾ ਪਵੇ ਹੁਣ ਜਵਾਨ ਅੱਧਾ ਕੱਲ ਦੀ ਜਿਹੜੀ ਟਿਕਟ ਵਾਪਸ ਵੇਂਦਾ ਭਾਈ ਇਤਨਾ ਡੂ ਢਾਈ ਲੱਖ ਖਰਚਾ ਕੀਤੀ ਸੀ ਉਡੋ ਦੁਕਾਨ ਸਾਰੇ ਵੇਚ ਆਇਆ ਉੱਥੇ ਅਸਲਾਮ ਵਾਲੇਕੁਮ ਦੋਸਤੋ ਉਮੀਦ ਕਰਤਾ ਹੂੰ ਆਪ ਖੈਰੀਅਤ ਸੇ ਹੋਂਗੇ ਆਜ ਜੋ ਹੈ ਹਮ ਲੋਗ ਜਾ ਰਹੇ ਹੈ ਜੁਮਾ ਨਮਾਜ਼ ਪੜ੍ਹਨੇ ਤੋ ਇਨਸ਼ਾਅੱਲਾ ਜੁਮਾ ਨਮਾਜ਼ ਕੇ ਬਾਅਦ ਜੋ ਹੈ ਹਮ ਵਲੌਗ ਬਣਾਏਂਗੇ ਬਿਲਕੁਲ ਵੈਸੇ ਕਿਆ ਬਣਾਏਂਗੇ ਮੁਝੇ ਤਾਂ ਕੋਈ ਆਈਡੀਆ ਨਹੀਂ ਹੈ ਮੁਝੇ ਆਈਡੀਆ ਹੈ ਜਬ ਨਮਾਜ਼ ਪੜ੍ਹ ਲੇਂਗੇ ਤਬ ਬਤਾਏਂਗੇ ਅਭੀ ਜਲਦੀ ਚਲਤੇ ਹੈਂ ਚਲੋ ਠੀਕ ਹੈ ਜੁਮਾ ਨਮਾਜ਼ ਪੜ੍ਹਨੇ ਕੇ ਬਾਅਦ ਇਨਸ਼ਾਅੱਲਾ ਵਲੌਗ ਸ਼ੁਰੂ ਕਰਤੇ ਹੈ ਪਤਾ ਨਹੀਂ ਆਜ ਇਹਨਾਂ ਨੇ ਕਿਆ ਸੋਚਾ ਹੋਇਆ ਹੈ ਨਏ ਨਏ ਇਨਕੇ ਜੋ ਹੈ ਆਈਡੀਆਜ਼ ਹੋਤੇ ਹੈਂ ਆਖਰੀ ਟਾਈਮ ਪੇ ਪਤਾ ਚਲਤਾ ਹੈ ਬਹੁਤ ਹੈ ਜਿਸ ਕਰੇ ਮੇਰੇ ਬਾਰੇ ਕਾਮਯਾਬ ਤੋ ਇੱਕ ਵੀ ਨਹੀਂ ਹੁਆ ਅਸਲਾਮ ਵਾਲੇਕੁਮ ਅਦੂ ਅਦੂ ਅਸਤ ਗਏ ਹੈ ਵਲੌਗ ਬਣਾਵਣ ਸੁਣਦੇ ਪਏ ਜੁਮਾ ਨਮਾਜ਼ ਪੜ੍ਹੀ ਸੀ ਜੁਮਾ ਨਮਾਜ਼ ਦੇ ਬਾਅਦ ਸਾਰਾ ਇੱਕ ਦੋਸਤ ਮਿਲੇ ਉਹ ਆਇਆ ਵਧਾ ਵਿਜ਼ਿਟ ਤੇ ਉਹ ਗਰੀਬ ਕੋ ਸਰਵਾਏ ਨੇ ਵਿਜ਼ਿਟ ਦੇ ਉੱਤੇ ਵਾਲਾ ਪਿੱਛੇ ਹੁਣ ਜਿਹੜਾ ਨਾ ਉਹਦੇ ਨਾਲ ਦੁੱਖ ਹੈ ਉਹ ਅੱਧੇ ਕਹਿੰਦੇ ਗਏ ਪੂਰੀ ਕਹਾਣੀ ਸੁਣਦੇ ਹੈ ਦੇਖੋ ਕਿਆ ਦੇ ਕਿਵੇਂ ਥਾਏ ਉਹਦੇ ਨਾਲ ਕਿਆ ਹਿਸਾਬ ਤੇ ਅਸਲਾਮ ਵਾਲੇਕੁਮ ਅਦੂ ਅਸਲਾਮ ਕੀ ਹਾਲ ਹੈ ਤੂੰ ਠੀਕ ਹੋ ਇਹ ਸਹੀ ਮੇਰੇ ਬਿਲਕੁਲ ਹਮਸਾਇਆ ਹੈ ਘਰ ਦੇ ਨਾਲ ਹੈ ਉਹਦਾ ਹਾਂ ਵਿਜ਼ਿਟ ਤੇ ਆਏ ਉਹਦਾ ਫਾ ਮੈਂ ਉੱਥੇ ਹੀ ਆ ਮੈਂ ਛੁੱਟੀ ਤੇ ਗਿਆ ਵਦਾ ਮੈਂ ਤੋ ਅੱਧਾ ਅੱਧਾ ਪਿਆ ਹਾਂ ਵਿਜ਼ਿਟ ਤੇ ਸੱਦੇ ਨੇ ਅੱਛਾ ਮਲਾ ਬਿਆ ਬੰਦਾ ਉਹਦਾ ਖੜ ਗਿਆ ਉਹਦਾ ਵੀਜ਼ਾ ਲੱਗਿਆ ਮੈਂ ਤਾਂ ਨਹੀਂ ਲਾਇਆ ਧੋਖਾ ਹੈ ਨਹੀਂ ਪਹਿਲੇ ਕਿੰਨਾ ਮਹੀਨੇ ਦਾ ਵਿਜ਼ਿਟ ਆ 2 ਮਹੀਨੇ 2 ਮਹੀਨੇ ਦਾ ਵਿਜ਼ਿਟ ਆ ਤੋ ਉਹਨੇ ਕਿਹਾ ਕਿ ਬਲੀ ਵਿਜ਼ਿਟ ਤੇ ਆਵਾਂ ਪੈਸੇ ਆਪਣੇ ਭਰ ਰਹੀ ਪੈਸੇ ਆਪਣੇ ਅੱਧਾ ਪੈਸੇ ਜੇ ਰਹਿ ਨਾ ਆਪਣੇ ਭਰ ਹੈ ਠੀਕ ਹੈ ਉਹਨੇ ਕਿ ਆ ਬਲੀ ਤਾਂ ਕੰਮ ਸ਼ਮ ਕਰ ਕਿਆ ਤੂੰ ਕੰਮ ਜੇ ਰਾਖ ਨੇ ਨਾ ਕਰਨ ਦਾ ਆਂਦਾ ਹਾਂ ਜਾਂ ਜਨਰੇਟਰ ਵਾਲਾ ਅੱਛਾ ਜਨਰੇਟਰ ਆਂਦਾ ਪਹਿਲੇ ਕੁਛ ਮੁਕਾ ਜਾ ਹੀ ਨੇ ਯਾਰ ਬੰਦਾ ਜਰਾ ਛੁੱਟੀ ਤੇ ਗਿਆ ਹੁੰਦਾ ਨਾ ਠੀਕ ਹੈ ਉਹ ਵਾਲਾ ਵੱਲ ਆਉਂਦਾ ਹੀ ਧੋਖਾ ਦੇ ਅੱਛਾ ਪਹਿਲੇ ਹੀ ਨਹੀਂ ਨੇ ਦੱਸਿਆ ਬਲੀ ਉਹ ਤੋ ਆਕੋ ਵਿਜ਼ਿਟ ਤੇ ਸਰਵਾਏ ਨੇ ਵਿਜ਼ਿਟ ਤੇ ਦੇਖੋ ਅੱਧਾ ਹੁਣ 2 ਲੱਖ 2.5 ਲੱਖ ਭਰ ਰਹੇ ਅੱਧੇ ਨਾਲ ਜ਼ਿਆਦੀ ਥਈਏ ਤੋ ਇਹਦੇ ਗੱਲੋਂ ਮਿਹਰਬਾਨੀ ਹੋ ਸੀ ਜੇਰਾ ਵੀ ਅੱਧਾ ਬੰਦਾ ਆਂਦਾ ਪਿਆਰਾ ਵੇ ਆਂਦਾ ਪਿਆ ਹੋਵੇ ਨਾ ਪਹਿਲੇ ਪੱਕਾ ਪੱਕਾ ਕੰਮ ਕਰਕੇ ਦਾ ਕਰੋ ਕੋਈ ਆਪਣਾ ਰਿਸ਼ਤੇਦਾਰ ਵਗੈਰਾ ਜੇਰਾ ਵੀ ਆਉਂਦੇ ਨਾ ਪੂਰੀ ਤਹਿਕੀਕ ਕਰਕੇ ਦੀ ਕਰੋ ਇਵੇਂ ਪੈਸੇ ਭਰ ਕੇ ਨੇ ਫਾਇਦਾ ਕਹਿੰਦੇ ਹੁਣ ਅੱਧੇ ਗਰੀਬ ਦੀ ਦੁਕਾਨ ਆਈ ਮੋਟਰਸਾਈਕਲਾਂ ਦੀ ਕਾਰੀਗਰ ਆਦਾ ਇਵੇਂ ਆਦੂ ਮਕੈਨਿਕ ਦੀ ਦੁਕਾਨ ਆਈ ਮਾਸ਼ਾਅੱਲਾ ਮੈਂ ਆਪਣੀ ਹਾਂ ਮੈਂ ਆਪਣੀ ਮੋਟਰਸਾਈਕਲ ਵੀ ਜੇ ਰਹੇ ਨਾ ਇਹ ਅੱਧੇ ਕਨੇ ਬਣਵੇਂਦਾ ਆਮੀ ਤੋ ਅੱਧੇ ਆ ਕੇ ਮੈਂ ਵੇਣਾ ਪਿਆ ਦੁਬਈ ਮੈਂ ਕਿਹਾ ਯਾਰ ਠੀਕ ਹੈ ਤੇਰੀ ਮਰਜ਼ੀ ਤੂੰ ਮੰਨ ਮੈਂ ਆਂ ਦੁਬਈ ਵੇਣਾ ਅਸਾਂ ਅਲਹਮਦੁਲਿਲਾ ਚੰਗੇ ਭਲੇ ਅਰਸੇ ਕਿਆ ਸੇ ਤੋ ਅਸਾਂ ਕਿ ਠੀਕ ਹੈ ਵੇਣਾ ਪਈ ਦੁਕਾਨ ਸ਼ੁਕਾਨ ਜਵਾਨ ਵੇਚੀਏ ਵੇਚਣ ਦੇ ਬਾਅਦ ਜਿਵੇਂ ਇੱਥੇ ਤੱਕ ਪਤਾ ਹੈ ਹਰ ਬੰਦੇ ਧੋਖਾ ਰਹਿੰਦੇ ਨੇ ਕਿ ਆਓ ਦੁਬਈ ਫਿਲਾਂ ਥੀਂਦਾ ਪਏ ਬਿਲਡਿੰਗਾਂ ਈ ਐਨ ਇਵੇਂ ਧੋਖਾ ਦੇ ਕਨੇ ਅੱਧੇ ਕੋ ਸਰਵਾਏ ਨੇ ਹੁਣ ਵਾਲਾ ਅੱਧੇ ਦਾ ਇਹ ਹਾਲ ਹੈ ਹੁਣ ਆਦਾ ਪਿਆ ਆਇਆ ਤਕਰੀਬਨ ਕਰਨ ਕੱਲ੍ਹ ਦੀ ਟਿਕਟ ਵਾਲਾ ਵਾਪਸੀ ਵੇਂਦਾ ਪਵੇ ਹੁਣ ਜਵਾਨ ਅੱਧਾ ਕੱਲ੍ਹ ਦੀ ਜਿਹੜੀ ਟਿਕਟ ਵਾਪਸ ਵੇਂਦਾ ਭਾਈ ਇਤਨਾ 2-2.5 ਲੱਖ ਖਰਚਾ ਕੀਤੀ ਸੀ ਉਡੋ ਦੁਕਾਨ ਸਾਰੇ ਵੇਚ ਆਇਆ ਉੱਥੇ ਮਾਸ਼ਾਅੱਲਾ ਕੰਮ ਸ਼ਮ ਚੱਲਦਾ ਪਿਆ ਅੱਧੇ ਦਾ ਡਿੱਠਾ ਹੋਇਆ ਆਪ ਹੀ ਹਾਂ ਬਿਲਕੁਲ ਅਸਾਂ ਮਾਸ਼ਾਅੱਲਾ ਆਪ ਉੱਥੇ ਅੱਧੇ ਕਨੇ ਗਾੜੀ ਬਣਵੇਂਦੇ ਆਸੇ ਹੁਣ ਬਸ ਬਾਹਰ ਅੱਜ ਕੱਲ੍ਹ ਵਿਰਾਹ ਤਾਂ ਨਾ ਕਰੇ ਬੰਦਾ ਇਹ ਜਾਤੀ ਇਹ ਤਾਂ ਗੱਲ ਹਾਂ ਦੇਖੋ ਹੁਣ ਕਿਵੇਂ ਆ ਤੂੰ ਇਤਬਾਰ ਕਰਕੇ ਆਏ ਵੇ ਨਾ ਜਾਣ ਵਾਲੇ ਅੰਦਰ ਦੇ ਹਮਸਾਇਆਂ ਜੀ ਹਮਸਾਇਆਂ ਵੇ ਉਡਾਓ ਜਾਣ ਵਾਲੇ ਹਮਸਾਇਆਂ ਨੂੰ ਉਹਦੇ ਨਾਲ ਇਹ ਤਾਂ ਪਹਿਲੇ ਖੜਾ ਰਹਿ ਗਿਆ ਉਹਨੇ ਕੰਪਨੀ ਵਿੱਚ ਕੰਮ ਕਰੇਂਦਾ ਰਹਿ ਗਿਆ ਅੱਛਾ ਦੇਖੋ ਹੁਣ ਇਤਨਾ ਧੋਖਾ ਕੀਤੇ ਨੇ ਸਦਵਾ ਕਨੇ ਉਹਨਾਂ ਦੀ ਦੁਕਾਨ ਖਤਮ ਕਰਵਾ ਕਨੇ ਇੱਥਾਂ ਆਣ ਕੇ ਉਹਨੇ ਦਾ ਕੰਮ ਠੀਕ ਹੈ ਸੀ 2 ਮਹੀਨੇ ਦੇ ਅੰਦਰ ਤਾਂ ਹੁਣ ਵਾਲਾ ਪਿੱਛੇ ਆ ਕੇ ਨੇ ਤੂੰ ਤੇਰੀ ਅੱਧਾ ਛੁੱਟੀ ਹੁਣ ਗਰੀਬ ਦਾ ਵੀਜ਼ਾ ਹੀ ਖਤਮ ਹੈ ਤਾਂ ਹੁਣ ਵਾਲਾ ਵੇਣਾ ਪਏ ਬੇ ਬੰਦੇ ਕੇ ਖੜਾ ਵਲਾ ਹੁਣ ਉਹ ਵੀ ਛੁੱਟੀ ਦੇ ਛੋੜੀਏ ਜਿਲ ਦੀਵਾਰਾਂ ਨਹੀਂ ਤੇ ਖੜਾਇਆ ਦੋ ਦੀਵਾਰਾਂ ਤਕਰੀਬਨ 4 ਦੀਵਾਰਾਂ ਵਾਦੇ ਖੜਾਏ ਸੀ ਉਹਦੇ ਬਾਅਦ ਉਹ ਕਹਿੰਦਾ ਤੂੰ ਹੁਣ ਉਹਨਾਂ ਦਾ ਬੰਦਾ ਜਿਲ ਆ ਕੇ ਆਉਂਗਾ ਕਹਿੰਦਾ ਹੁਣ ਤੂੰ ਜਿਹੜਾ ਨਾ ਜੁਲ ਬਾਕੀ ਸਾਰਾ ਕੰਮ ਠੀਕ ਹੈ ਹੁਣ ਤੂੰ ਤੇਰਾ ਕੰਮ ਅਸਾਂ ਕਰ ਛੋੜੇ ਠੀਕ ਆ ਚਲੋ ਹੁਣ ਅੱਧਾ ਜੁਮੇ ਸਾਰੇ ਕਿਲੇ ਇਨਸ਼ਾਅੱਲਾ ਅੱਧੇ ਨਾਲ ਬਿਰਿਆਨੀ ਖਾਂਦੇ ਹਾਂ ਵਲਾ ਇਨਸ਼ਾਅੱਲਾ ਇਹਦੇ ਗੱਲੋਂ ਆਪਣਾ ਕੋਈ ਵੀ ਅੱਧਾ ਹੈ ਲਾਜ਼ਮ ਇਹਤਿਆਤ ਕਰੋ ਤਹਿਕੀਕ ਕਰੋ ਪਿੱਛੇ ਆਓ ਇਵੇਂ ਨਾ ਆਵੇ ਤੁਹਾਡੀ ਮਿਹਰਬਾਨੀ